ਸਾਰੀ ਜਦੋਂ ਅੱਡੇ ਉੱਤੇ ਆਇਆ ਮੈਂ, ਮੇਲੇ ਨੀ ਵੈਸਲਾ ਮੈਂ ਪਤਾ ਖੁਦ ਆਇਆ ਮੈਂ ਮੇਲੇ ਉੱਤੇ, ਗੱਡੀਆਂ ਨੇ ਵਾਰੀ ਵਾਰੀ ਜਾਣਾ ਸੀ ਅੱਡੇ ਵਾਲਾ ਬੰਦਾ ਗੱਲਾਂ ਹੀ ਹੈ ਪਿਆ ਪਾਉਣਾ, ਤੱਕਿਆ ਮੈਂ ਗੱਡੀ ਜਿਹੜੀ ਸਾਰਿਆਂ ਤੋਂ ਅੱਗੇ ਸੀ, ਤੱਕਿਆ ਮੈਂ ਗੱਡੀ ਜਿਹੜੀ ਸਾਰਿਆਂ ਤੋਂ ਅੱਗੇ ਸੀ, ਡਰਾਈਵਰ ਤੇ ਕਲੀਨਰ ਉਹਨੂੰ ਕਈਆ ਲਾਉਣ ਲੱਗੇ, ਟੱਕਾਰਾਂ ਉੱਤੇ ਰੇੜਾਂ ਦਾ ਨਿਸ਼ਾਨ ਦਿੱਤੇ ਕੋਈ ਨਾ, ਟੈਰ ਸੀ ਕਿ ਟੂ ਪੇ ਪਛਾਣ ਮੈਨੂੰ, ਤਾਂ ਪੁੱਛਿਆ ਕਲੀਨਰ ਕੋਲੋਂ ਗੱਡੀ ਮੇਲੇ ਵਾਲੀ ਹੈ, ਆਖਣਾ ਜਨਾਬ ਬੈਠੋ ਪਿੱਛੋਂ ਸਾਰੀ ਖਾਲੀ ਹੈ, ਇਹਦੇ ਵਿੱਚ ਬਹਿਵਾਂ ਕਿ ਮੈਂ ਬਹਿਵਾਂ ਆਈ ਹੈ, ਸੋਚਾ ਸੋ ਪਿੱਛਾ ਵੀ ਘਲੋਤੀ ਹੋਈ ਆਈ ਹੈ ਜੀ, ਤੇ ਜਲਦੀ ਸੀ ਮੈਨੂੰ ਉਸੇ ਗੱਡੀ ਵਿੱਚ ਬਹਿ ਗਿਆ, ਤੇ ਹਾਲਤਾਂ ਨੂੰ ਦੱਸਾਂ ਕਿ ਮੁਸੀਬਤਾਂ 'ਚ ਪੈ ਗਿਆ, ਉਹ ਵੇਲਾ ਸੀ ਦੁਪਹਿਰ ਨਾ, ਤਾਂ ਧੁੱਪ ਬੜੀ ਪਈ ਸੀ, ਤੇ ਨੰਬਰਾਂ ਤੇ ਲੱਗੀ ਗੱਡੀ ਧੁੱਪੇ ਖੜੀ ਰਹੀ, ਤੱਪੀ ਹੋਈਆਂ ਸੀਟਾਂ ਉੱਤੇ ਜੱਦੂ ਬੰਦੇ ਬਹਿਣਗੇ, ਵੀ ਦੱਸੋ ਤੁਸੀਂ ਉਹਨਾਂ ਨੂੰ ਕਿਵੇਂ ਛਾਲੇ ਪੈਣ, ਤੱਪੀਆਂ ਹੋਈਆਂ ਸੀਟਾਂ ਉੱਤੇ ਬਹਿਣ ਵੀ ਨਹੀਂ ਹੋਣਾ ਸੀ, ਤੇ ਸ਼ਰਮ ਆਵੇ ਗੱਡੀ ਵਿੱਚੋਂ ਲਹਿਣ ਵੀ ਨਹੀਂ ਹੋਣਾ, ਤੇ ਅੱਗੇ ਸਾਰੀ ਸੀਟਾਂ ਨੇ ਸਕੋਰ ਚੰਗੀ ਕੀਤੀ ਸੀ, ਗੱਡੀ ਵਾਲੇ ਇੱਕ ਗੱਲ ਹੋਰ ਚੰਗੀ ਕੀਤੀ, ਚਮਾਂ ਵਾਲੀ ਸੀਟਾਂ 'ਚ ਪੰਜ ਪੇ ਬਿਠਾ ਰਹੇ ਸਨ, ਆਪੋ ਹੀ ਬੰਦੇ ਇੱਕ ਦੂਜੇ ਕੀ ਦਬਾ ਰਹੇ, ਕਲੀਨਰ ਵੀ ਆਖਣਾ ਸੀ ਨਾਲ ਨਾਲ ਹੋ ਜਿਹਾ ਸੈਡ ਮਾਰੋ ਥੋੜੀ ਥੋੜੇ ਪਾਸੇ ਹੋ ਕੇ ਬਹੋ, ਤੇ ਥੋੜੀਆਂ ਸੀ ਸੀਟਾਂ ਵਿੱਚ ਗੋਡੇ ਕਦੋਂ ਮਿਟਣੇ ਸੀ, ਬਣਾਈਆਂ ਜਿੰਨੇ ਸੀਟਾਂ ਉਹਨੂੰ ਬੜਾ ਲੋਕੀ ਪਿੱਟੇ, ਤੇ ਗੋਡੇ ਕਦੀ ਸੱਜੇ ਕਦੀ ਖੱਬੇ ਪੇ ਪਵਾਣੇ ਸਨ, ਦੱਸਣ ਵਾਲੀ ਗੱਲ ਵੀ ਨੀ ਕਿਹੜੀ ਬੂਹਾ ਪਾਣੀ, ਤੇ ਪਸੀਨੇ ਨਾਲ ਗੱਡੀ ਵਿੱਚ ਆਏ ਹੋਏ ਖੋਤੇ ਸੀ, ਡਰਾਈਵਰ ਸਾਹਿਬ ਬਾਹਰ ਬੜੇ ਮਜ਼ੇ ਨਾਲ ਖਲੋਤੇ ਸੀ, ਵਾਲੀ ਗੱਡੀ ਵਿੱਚ 24 ਬੰਦੇ ਪਾਸੇ ਤੋਂ ਸਾਰੇ ਸੱਜੇ ਭੁੱਲੇ ਜੀਆਂ ਗੱਡੀ ਵਿੱਚ ਹੀ ਨਾਤੇ, ਤਾਂ ਗੱਡੀ ਵਿੱਚ ਬੰਦੇ ਬੜੇ ਫਸੇ ਸੀ, ਮੋਟੀ ਜੀ ਸਵਾਰੀ ਆਈ ਬੰਦੇ ਬੜੇ ਹੱਸੇ ਸੀ, ਸਵਾਰੀ ਨਾਲ ਕਸੂਰ ਕੀ ਆ, ਉਹ ਵੀ ਮਜਬੂਰ ਸੀ, ਪਰ ਇਹ ਵੀ ਚੰਗਾ ਹੋਇਆ ਉਹਨੇ ਜਾਣਾ ਥੋੜੀ ਦੂਰ, ਥੋੜਾ ਜਿਹਾ ਅੱਗੇ ਜਾ ਕੇ ਔਖਾ ਸੌਖਾ ਲੈ ਗਿਆ, ਤਾਂ ਖੁੱਲੇ ਹੋ ਕੇ ਪਿਆ ਸਾਰੇ ਜਾਣੀ ਵਾਰੀ ਕਹਿ ਗਿਆ, ਟਾਇਰਾਂ ਨਾਲ ਖਿਆਲ ਆਇਆ ਟਾਇਰ ਘਸੇ ਹੋਏ ਸੀ, ਬਾਰੀ ਅੱਗੇ ਬੰਦੇ ਵੀ ਦੋ ਚਾਰ ਫਸੇ ਹੋਏ ਸੀ, ਤੇ ਅੱਲਾ ਜਾਣਾ ਗੱਡੀ ਵਿੱਚ ਕਿਹੜਾ ਬੰਦਾ ਸੌਖਾ ਸੀ, ਜੇਬਾਂ ਵਿੱਚੋਂ ਕੱਢਿਆ ਕਿਰਾਇਆ ਬੜਾ ਔਖਾ ਸੀ, ਤੇ ਡਰਾਈਵਰ ਵੀ ਤਾਂ ਔਖਾ ਹੀ ਸੀ, ਗੇਅਰ ਜਦੋਂ ਲਾਉਣਾ ਸੀ ਸਵਾਰੀ ਦੀਆਂ ਲੱਤਾਂ ਵਿੱਚ ਹੱਥ ਪਿਆ, ਚਾਲੀ ਬੰਦੇ ਸਾਰੇ ਗੱਡੀ ਉੱਤੇ ਨਿੱਕੇ ਮੋਟੇ ਸਨ, ਚਾਲੀ ਬੰਦੇ ਸਾਰੇ ਗੱਡੀ ਉੱਤੇ ਨਿੱਕੇ ਮੋਟੇ ਸਨ, ਪਿੱਛੇ ਵੀ ਸੀ ਬੰਦੇ ਜਿਹੜੇ ਪੌੜੀ ਤੇ ਖਲੋਤੇ, ਪਰ ਅਸਾਂ ਗੱਡੀ ਅੰਦਰ ਸਾਂ, ਬਾਕੀ ਬੰਦੇ ਉੱਪਰ ਸੀ, ਗੱਡੀ ਦਾ ਨਾ ਹਾਲ ਪੁੱਛੋ, ਗੱਡੀ ਬੜੀ ਸੁਪਰ, ਉਹ ਸ਼ੀਸ਼ਿਆਂ ਦੀ ਜਗ੍ਹਾ ਲਗਾ ਹੋਇਆ ਅਡਗੋਟ ਸੀ, ਰੰਗ ਤਾਂ ਕੋਈ ਦਿਸਿਆ ਨੀ, ਗੱਡੀ ਬੈਗ ਕੁਚੀ ਨਾਲ ਰੰਗ ਉਹਨਾਂ ਕਈ ਵਾਰੀ ਮਾੜਿਆ, ਬੜਾ ਪੱਕਾ ਦਿਸਦਾ ਸੀ, ਬੜੀ ਵਾਰੀ ਕਾੜਿਆ, ਤਾਂ ਬਾਰਿਸ਼ਾਂ ਦੇ ਨਾਲ ਜਿਹੜਾ ਸਾਰਾ ਭੁੱਲ ਗਿਆ ਸੀ, ਨਵਾਂ ਤਾਂ ਪੁਰਾਣਾ ਸਾਰਾ ਮਿਲ ਜੁਲ ਗਿਆ, ਨਵਾਂ ਤਾਂ ਪੁਰਾਣਾ ਸਾਰਾ ਮਿਲ ਜੁਲ ਗਿਆ ਸੀ, ਪੂਰਾ ਪੂਰਾ ਥੋੜਾ ਜਿਹਾ ਰੰਗ ਜਿਹੜਾ ਰਹਿਣਾ ਸੀ, ਬਾਕੀ ਸਾਰੀ ਗੱਡੀ ਉੱਤੇ ਲੰਘ ਪਿਆ, ਤਾਂ ਛੱਤਾਂ ਦੀਆਂ ਅੰਦਰ ਉੱਤੀ ਆੜਨਾ ਸੀ ਨੰਗੀਆਂ, ਫੋਮ ਦੀਆਂ ਲੀਰਾਂ ਦੀਆਂ ਛੱਤਾਂ ਨਾਲ ਟੰਗੀਆਂ, ਤਾਂ ਟੁੱਟੀਆਂ ਹੋਈਆਂ ਸੀਟਾਂ ਤੇ ਕੱਪੜੇ ਵੀ ਮੈਲੇ ਸਨ, ਸਾਰੀ ਸੀਟਾਂ ਅੱਗੇ ਪੂਰਾ ਟੀਨ ਪੂਰਾ ਫੈਲੇ ਸੀ, ਪੈਰਾਂ ਥੱਲੇ ਮੇਰੇ ਵੀ ਤਾਂ ਡੱਬੇ ਪੂਰੇ ਅੱਠ ਸੀ, ਤੇ ਗੋਡੇ ਮੇਰੀ ਠੋਡੀ ਨਾਲ ਥੋੜੇ ਜਿਹੇ ਘੱਟ ਸੀ, ਤੇ ਵੈਗਨਰ ਦੇ ਸ਼ੀਸ਼ੇ ਪਿੱਛੋਂ ਪੱਕੇ ਪੱਕੇ ਬੰਦ ਸੀ, ਸੀਟਾਂ ਥੱਲੇ ਸਾਰੇ ਪਾਸੇ ਮੀਂਗਣਾ ਨਾ ਕਰ, ਉਹ ਬੰਦਾ ਜਿਹਨੇ ਦੱਸਿਆ ਸਵੇਰੇ ਘਰੋਂ ਆਇਆ ਸੀ, ਕਹਿੰਦਾ ਪਹਿਲਾ ਫੇਰਾ ਅਸਾਂ ਬੱਕਰੀਆਂ ਨਾਲ ਆਇਆ ਸੀ, ਚੱਲਿਆ ਨਾ ਜਾਵੇ ਉਸ ਗੱਡੀ ਨਾਲ ਵੀ ਨਖਰਾ, ਇੰਜਣਾ ਸਮੇਤ ਉਹਦਾ ਸਾਰਾ ਕੁਝ ਹੀ ਵੱਖਰਾ, ਉਹ ਬਾਡੀ ਕਿਸੇ ਹੋਰ ਦੀ ਸੀ, ਬਾਕੀ ਹਿੱਸੇ ਹੋਰ ਦੇ, ਬਾਰੀ ਵਾਲੇ ਬੂਹੇ ਦੀ ਸੀ, ਤਾਰਾਂ ਨਾਲ ਜੋੜਦਾ, ਬਹੁਤ ਥੱਕੀ ਹੋਈ ਸੀ, ਦਬਾਣਾ ਉਹਨੂੰ ਪੈ ਗਿਆ, ਰਲ ਕੇ ਸਵਾਰੀਆਂ ਦੀ ਧੱਕਾ ਲਾਉਣਾ ਪੈ ਗਿਆ, ਤਾਂ ਪਿੱਛੇ ਉਹਦੇ ਲਿਖਿਆ ਸੀ ਖੇਡ ਮੁਕੱਦਰਾਂ ਨੂੰ, ਬਾਡੀ ਉਹਦੀ ਬਣੀ ਹੋਈ ਸੀ ਟੀਨ ਦੀਆਂ ਚਦਰਾਂ, ਤਾਂ ਧੁੱਪਾਂ ਵਿੱਚ ਫਿਰਿਆ ਸਾਰਾ, ਧੁੱਪਾਂ ਕੋਲੋਂ ਡਰਨੀ ਨੀ, ਕਣੀਆਂ ਦੇ ਵਿੱਚ ਪੈਰ ਅੱਗੇ ਕਦੀ ਧਰਨੀ, ਗੱਡੀ ਦੀ ਤਾਰੀਫ ਕਦੀ ਮੇਰੇ ਕੋਲੋਂ ਮੁੱਕਣੀ ਨੀ, ਤਾਂ ਬੱਟੇ ਜੇ ਨਾ ਲਾਵਾਂ ਅੱਗੇ ਐਵੇਂ ਗੱਡੀ ਰੁਕਣੀ, ਗੋਸ਼ੇ ਨਾਲ ਗੱਲ ਮੈਨੂੰ ਮਾਲਕਾਂ ਨੇ ਕਹੀ ਸੀ, ਤੇ ਇਹ ਆ ਪਹਿਲਾ ਮਾਡਲ ਹੈ ਕਬਾੜੀਆਂ ਤੋਂ ਲਈ, ਤਾਂ ਉਮਰਾਂ ਤੇ ਜਾਈਏ ਕਦੀ ਹਾਲੀ ਨਵੀਂ ਗੱਡੀ ਹੈ, ਬਾਵੇ ਯਾਰਾ ਕੋਲ ਥੋੜੀ ਜਿਹੀ ਵੱਡੀ,
ਥੋੜਾ ਜਿਹਾ ਕੰਮ ਅਸਾਂ ਗੱਡੀ ਨਾਲ ਕਰਾਉਣਾ ਹੈ, ਬਾਕੀ ਸੱਠ ਗੱਡੀ ਹੈ, ਡਰਾਈਵਰ ਵੀ ਪੁਰਾਣਾ ਹੈ, ਤੇ ਕਰਾਂਗੇ ਅਜੇ ਬੰਦੇ ਰਹਿੰਦੇ ਦਿਨੀ ਰਾਤੀ ਲੋੜ ਤੇ ਗੱਡੀ ਨੂੰ ਨੀ ਸ਼ਾਦੀਆਂ ਵਿਆਹ ਵਾਲੇ ਛੋੜ ਤੇ ਕਸਮ ਮੁਕਾਬਲਾ ਕੀ ਅੱਜ ਨੀ ਗੱਡੀਆਂ ਕੀ ਹੈ ਜੀ, ਅਸਾਂ ਕਈ ਵੇਚ ਮੂਹ ਛੱਡੀ ਮੇਲੇ ਵਾਲੀ ਗੱਡੀ ਤੁਸੀਂ ਤੱਕੀ ਵੀ ਜ਼ਰੂਰ ਹੁੰਦੀ, ਤੁਹਾਨੂੰ ਪਿਆ ਉਹਦੇ ਨਾਲ ਵਾਸਤਾ ਜ਼ਰੂਰ ਹੁੰਦੀ, ਜਾਂਦੀ ਹੈ ਜਿਹੜੇ ਪਾਸੇ ਹਾਲ ਹੀ ਆਉਂਦਾ ਹੈ, ਗਰਾਵਾਂ ਦੀ ਸਵਾਰੀਆਂ ਦੇ ਨਾਲ ਹੀ ਆਉਂਦਾ ਹੈ।